ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਨਗੜ ਅੱਜ ਅਸੀਂ ਪਹੁੰਚੇ ਹਾਂ ਕਾਰ ਡੀਲਰ ਐਸੋਸੀਏਸ਼ਨ ਪਾਤੜਾ ਨਿਊ ਕਾਰ ਡੀਲਰ ਐਸੋਸੀਏਸ਼ਨ ਪਾਤੜਾ ਦੇ ਪ੍ਰਧਾਨ ਬਿੱਟੂ ਵਿਦੇਸ਼ਾ ਜਿਹੜੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ 2-4 ਦਿਨਾਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਫਿਰ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕੀ ਕਾਰਨ ਰਿਹਾ ਪਹਿਲਾਂ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਏ ਫਿਰ ਉੱਥੋਂ ਵਾਪਸੀ ਕੀਤੀ ਇਹਨਾਂ ਨੇ ਗੱਲ ਕਰਦੇ ਹਾਂ ਇਹਨਾਂ ਨਾਲ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ ਬਿੱਟੂ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਇੰਡੀਆ ਨਿਊਜ਼ ਦਾ ਜੋ ਤੁਹਾਡੇ ਵੀਊ ਲੈਣ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਕਾਫੀ ਪਾਰਟੀ ਦੀ ਸੇਵਾ ਕੀਤੀ ਪਿੱਛੇ ਐਮਸੀ ਦੇ ਇਲੈਕਸ਼ਨ ਸੀ ਤੁਹਾਡੀ ਮੈਸੇਜ ਆ ਜਿਹੜੀ ਉਹ 5 ਨੰਬਰ ਵਾਰਡ ਦੇ ਵਿੱਚੋਂ ਐਮਸੀ ਵੀ ਬਣਿਆ ਇੱਥੋਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸੀ ਕਿਉਂ ਗਏ ਤੁਸੀਂ ਕੁਝ ਮਤਪੇਦ ਸਨ ਪਹਿਲਾਂ ਤੋਂ ਲੈ ਕੇ ਸਰਦਾਰ ਨਿਰਮਲ ਸਿੰਘ ਜੋ ਐਮਐਲਏ ਰਹੇ ਨੇ ਸਾਡੀ ਉਹਨਾਂ ਨੇ ਜਦੋਂ ਐਮਸੀ ਖੜੇ ਉਸ ਟਾਈਮ ਹੀ ਉਹਨਾਂ ਨੇ ਆਪਾਂ ਨੂੰ ਹਰਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ ਚਲੋ ਪਬਲਿਕ ਦਾ ਪਿਆਰ ਪਰਮਾਤਮਾ ਦੇ ਸਾਰੇ ਨਾਲ ਆਪਾਂ ਚੋਣ ਜਿੱਤੀ ਉਸ ਤੋਂ ਬਾਅਦ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕਾਂਗਰਸ 'ਚ ਨਹੀਂ ਕਦਰ ਰਹੀ ਸੀ ਫਿਰ ਉਸ ਕਰਕੇ ਅਸੀਂ ਆਮ ਪਾਰਟੀ ਦਾ ਪੱਲਾ ਫੜਿਆ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤੁਸੀਂ ਕਾਂਗਰਸ ਦੇ ਵਿੱਚ ਕਦਰ ਨਹੀਂ ਸੀ ਰਹੀ ਤਾਂ ਉਧਰ ਚਲੇ ਗਏ ਉਧਰ ਕੀ ਚੱਕਰ ਇਹੋ ਜਿਹਾ ਪਿਆ ਕਿਉਂ ਤੁਹਾਡੇ ਦੰਦ ਖੱਟੇ ਹੋ ਗਏ ਜਲਦੀ ਜਿਹੜਾ ਤੁਸੀਂ ਵਾਪਸ ਹੀ ਇੱਧਰ ਫਿਰ ਕਾਂਗਰਸ 'ਚੇ ਕਰ ਲਈ ਕਾਂਗਰਸ ਪਾਰਟੀ ਤਾਂ ਪਤਾ ਪਤਾ ਗੱਲ ਕਿ ਜਦੋਂ ਦੂਸਰੇ ਘਰ ਜਾਂਦੇ ਆ ਪਤਾ ਫੇਰ ਹੀ ਲੱਗਦਾ ਕਾਂਗਰਸ ਪਾਰਟੀ ਤਾਂ ਕਿਸ਼ਮੁੰਦਰ ਦੀ ਤਰ੍ਹਾਂ ਜੋ ਪਤਾ ਅੰਦਰ ਰਾਹ ਪਿਆ ਜਾਂ ਵਾਹ ਪਿਆ ਲੱਗਦਾ ਜੋ ਆਪਣੀ ਆਮ ਪਾਰਟੀ ਹੈ ਜੋ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਨੇ ਹਸਪੀਟਲਾਂ ਦੀਆਂ ਸਕੂਲਾਂ ਦੀਆਂ ਮੈ ਗਰਾਊਂਡ ਤੇ ਦਿੱਲੀ ਵੀ ਜਾਂਦਾ ਰਹਿਣਾ ਆਪਾਂ ਕਾਰ ਬੀਅਰ ਕਰਕੇ ਗੱਡੀਆਂ ਲੈਣ ਜਾਂਦੇ ਆ ਦਿੱਲੀ ਵੀ ਵੇਖਿਆ ਕਦੀ ਕੋ ਇਹੋ ਜਿਹਾ ਕੁਝ ਮੈਨੂੰ ਚੰਨਣਾ ਨਹੀਂ ਪੈਣ ਡਿਆ ਦੂਜੇ ਨੰਬਰ ਤੇ ਇਹ ਜਿਹੜੀ ਪਾਰਟੀ ਹੈ ਕੇਜਰੀਵਾਲ ਵਾਲੀ ਪਾਰਟੀ ਜਿਹਦੇ ਨਾਂ ਤੇ ਕਹਿੰਦੇ ਇੱਕ ਮੌਕਾ ਸਾਨੂੰ ਦਿਓ ਇਹਨਾਂ ਵਿੱਚ ਇੱਕ ਬੀਜੇਪੀ ਦੀ ਬੀ ਟੀਮ ਹੈ ਜੋ ਵੀ ਕੰਮ ਹੈ ਤੁਸੀਂ ਕਦੀ ਵੇਖੋ 13 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਆਪਣਾ ਦਿੱਲੀ 'ਚ ਕਦੀ ਇਹਨਾਂ ਦਾ ਕੋਈ ਐਮਪੀ ਜਾਂ ਇਹਨਾਂ ਦਾ ਮੇਅਰ ਕਦੀ ਤੁਸੀਂ ਵੇਖਿਆ ਹੋਵੇ ਇਹਨਾਂ ਦਾ ਬਣਿਆ ਹੋਵੇ ਦਿੱਲੀ ਦੇ ਵਿੱਚ ਇਹ ਜੋ ਵੀ ਰਲ ਮਿਲ ਕੇ ਭਾਜਪਾ ਨਾਲ ਸਰਕਾਰ ਚਲਾ ਰਹੇ ਨੇ ਇਹ ਭਾਜਪਾ ਦਾ ਪੂਰਾ ਗੱਠ ਜੋੜੇ ਇਹਨਾਂ ਨਾਲ ਕੇਜਰੀਵਾਲ ਨਾਲ ਇਹ ਤਾਂ ਆਪਣਾਉਣ ਵਾਲੇ 5 ਸਾਲਾਂ 'ਚ ਜੇ ਆਪਾਂ ਨਾ ਸਮਝੇ ਤਾਂ ਪਤਾ ਚੱਲ ਜਾਏਗਾ ਤੁਸੀਂ 3-4 ਦਿਨ ਜਾਂ 5 ਦਿਨ ਲਾਇਆ ਆਮ ਆਦਮੀ ਪਾਰਟੀ ਦੇ ਵਿੱਚ ਇੰਨੇ ਦਿਨਾਂ ਦੇ ਵਿੱਚ ਤੁਸੀਂ ਕੀ ਕੋਈ ਸਮਝ ਗਿਆ ਸਮਝ ਕੇ ਪਤਾ ਲੱਗ ਜਾਂਦਾ ਜਿਹੜਾ ਵੀ ਪਾਰਟੀ ਨੇ ਵਧੀਕੀਆਂ ਹਨ ਦੀਆਂ ਪਤਾ ਇਹ ਤਾਂ ਉੱਪਰ ਉੱਪਰ ਤੋਂ ਜਿਹੜਿਆ ਵੀ ਗੱਲਾਂ ਕਰ ਰਹੇ ਨੇ ਆਮਾਨ ਦੀਆਂ ਆਪਾਂ ਦੇਸ਼ ਨੂੰ ਬਚਾਉਣ ਵਾਸਤੇ ਕਰਾਂਗੇ ਜੀ ਇਨਕਲਾਬ ਲਿਆਵਾਂਗੇ ਉਹ ਇਹ ਜੀ ਕੋਈ ਵੀ ਇਹਨਾਂ ਵਿੱਚ ਗੱਲ ਨਹੀਂ ਜਿਹੜੀ ਇਨਕਲਾਬ ਲਿਆਉਣਗੇ ਇਨਕਲਾਬ ਜੇ ਲਿਆ ਸਕਦੀ ਹੈ ਤਾਂ ਇੱਕ ਕਾਂਗਰਸ ਪਾਰਟੀ ਉਹ ਲਿਆ ਸਕਦੀ ਹੈ ਜੋ ਬਚਾ ਸਕਦੀ ਹੈ ਕੁਝ ਸਾਡੇ ਹਲਕੇ ਨੂੰ ਥੋੜਾ ਜਿਹਾ ਜਿਹੜਾ ਫਰਕ ਪਿਆ ਕੁਝ ਮਾੜਾ ਵਿਧਾਇਕ ਨਿਕਲਣ ਕਰਕੇ ਥੋੜਾ ਜਿਹਾ ਸਾਨੂੰ ਅਸਰ ਪਿਆ ਨਹੀਂ ਤੇ ਸਾਡੇ ਹਲਕੇ ਵਰਗਾ ਹਲਕਾ ਕੋਈ ਨਹੀਂ ਸੀ ਵਧੀਆ ਸਾਰਾ ਕੁਝ ਚੱਲ ਰਿਹਾ ਸੀ ਸਾਰਾ ਕੁਝ ਬਸ ਜਿਹੜੀ ਦਿੱਕਤ ਆਈ ਹੈ ਕਿ ਵਿਧਾਇਕ ਨੇ ਕੁਝ ਕੈਪਟਨ ਸਾਹਿਬ ਨੇ ਨਾ ਕੰਮ ਕਰਨ ਕਰਕੇ ਦਿੱਕਤ ਆਈ ਹੈ ਪਿਛਲੇ ਕਾਫੀ ਦਿਨਾਂ ਤੋਂ ਦੇਖਿਆ ਜਾ ਰਿਹਾ ਵੀ ਹਲਕੇ ਛਤਰਾਂੇ ਦੇ ਵਿੱਚ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਆ ਜਿਹੜਾ ਕਾਫੀ ਬੋਲ ਵਾਲਾ ਹੈ ਉਹਦੇ ਹਿਸਾਬ ਦੇ ਨਾਲ ਦੂਜੀਆਂ ਪਾਰਟੀਆਂ ਆਪਣੀਆਂ ਕਿੱਥੇ ਖੜੀਆਂ ਪਾਰਟੀਆਂ ਜੀ ਅੱਜ ਕਾਂਗਰਸ ਪਾਰਟੀ ਇੱਕ ਨੰਬਰ ਤੇ ਖੜੀ ਨਜ਼ਰ ਆ ਰਹੀ ਹੈ ਕੁਝ ਦਿਨ ਪਹਿਲਾਂ ਕੁਝ ਹਵਾ ਜ਼ਰੂਰ ਸੀ ਇਹਨਾਂ ਦੀ ਜਿਹੜੇ ਅੱਜਕੱਲ ਦੇ ਜੰਗ ਜਨਰੇਸ਼ਨ ਹੈ ਉਹਨਾਂ ਨੂੰ ਐਵੇਂ ਵੀ ਕੁਰੇ ਬਦਲਾਵ ਲੈਉਣਗੇ ਪਰ ਜਦੋਂ ਕੋਈ ਲੰਮਾ ਸੋਚਦੇ ਨੇ ਘਰੇ ਜਾ ਕੇ ਵੀ ਦੇਖਦੇ ਨੇ ਇਹਨਾਂ ਦੀ ਗੱਲਾਂ ਠੰਡੇ ਦਿਮਾਗ ਨਾਲ ਸੋਚਦੇ ਨੇ ਉਦੋਂ ਪਤਾ ਚੱਲਦਾ ਵੀ ਇਹ ਆਮ ਪਾਰਟੀ ਤਾਂ ਹਰ ਪਾਰਟੀ ਨਾਲੋਂ ਇਹਦੇ ਨਾਲੋਂ ਤਾਂ ਕਾਂਗਰਸ ਸੌ ਗੁਣਾ ਚੰਗੀ ਹੈ ਹਰਕ ਸੋਚ ਕੇ ਪਿੱਛੇ ਹਟਦੇ ਜਾ ਰਹੇ ਨੇ ਕਾਂਗਰਸ ਦਾ ਹੁਣ ਬੋਲਬਾਲਾ ਸਭ ਤੋਂ ਵੱਧ ਹੈ ਜਿੰਨਾ ਹੁਣ ਹਵਾਸੀ ਝਾੜੂ ਦੀ ਬਹੁਤ ਘਟ ਗਈ ਹੈ ਹਲਕੇ ਛਤਰਾਣੇ ਤੋਂ 12 ਵਜੇ ਦੇਖਿਆ ਜਾਵੇ ਤਾਂ ਕਾਫੀ ਹਵਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਦਿਖ ਰਹੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਆਮ ਆਦਮੀ ਪਾਰਟੀ ਦੀ ਹਵਾ ਨਹੀਂ ਹੈ 2017 ਚ 2017 ਚ ਜਦੋਂ ਆਮ ਪਾਰਟੀ ਦਾ ਫੁੱਲ 100 ਸੀਟਾਂ ਕਹਰੇ ਸਨ ਵੀ 100 ਸੀਟਾਂ ਮਿਲਣ ਦੀ ਆਸ ਹੈ ਹੁਣ ਤਾਂ 40 ਤੋਂ 60 ਦੇ ਸਰਵੇ ਆ ਰਹੇ ਨੇ ਆਪਾਂ ਨੂੰ ਵੀ ਪਤਾ ਹੈ ਜਦੋਂ 100 ਤੋਂ ਇਹਨਾਂ ਨੂੰ 20 ਮਿਲੀਆਂ 20 ਚੋਂ ਵੀ 12 ਵਿਧਾਇਕ ਚਲੇ ਗਏ ਇਹਨਾਂ ਦੇ ਤੇ 8 ਕੁ ਰਹਿ ਗਏ ਹਨ ਹੁਣ ਕੀ ਸੋਚ ਸਕਦੇ ਆਪਾਂ ਵੀ ਇਹਨਾਂ ਨੂੰ 60 ਚੋਂ ਕਿੰਨੀਆਂ ਮਿਲ ਸਕਦੀਆਂ ਨੇ ਸਰਕਾਰ ਪੰਜਾਬ ਦੇ ਵਿੱਚ ਹੈ ਜਿਹੜੀ ਉਹ ਕਿਹੜੀ ਪਾਰਟੀ ਦੀ ਮੰਨਦੇ ਆ ਤੁਸੀਂ ਵੀ ਬਣ ਜਾ ਰਹੇ ਸਰਕਾਰ ਤਾਂ ਐ ਕਿ ਕਾਂਗਰਸ ਦੀ ਹੀ ਬਣੇਗੀ ਕਾਂਗਰਸ ਰਿਪੀਟ ਕਰਨ ਜਾ ਰਹੀ ਏ ਜੋ ਮੁੱਖ ਮੰਤਰੀ ਸਾਡੇ ਚੰਨੀ ਜੀ ਨੇ 111 ਦਿਨਾਂ ਚ ਕੰਮ ਕਰਕੇ ਵਿਖਾਏ ਨੇ ਉਹ ਸਭ ਨੂੰ ਕੋਈ ਅੱਖਾਂ ਸਾਹਮਣੇ ਨੇ ਬਿੱਲ ਵੇਖ ਲਓ ਬਿਜਲੀ ਦੇ ਸਾਰਾ ਕੁਝ ਅੱਖਾਂ ਸਾਹਮਣੇ ਦਿਖ ਰਿਹਾ ਵੀ ਕਿੰਨਾ ਕੰਮ ਕੀਤਾ 111 ਦਿਨਾਂ ਜਿਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰੁਝਾਨ ਦੇਖ ਰਹੇ ਆ ਲੋਕਾਂ ਦਾ ਦੇਖ ਰਹੇ ਆ ਜਾਂ ਹੋਰ ਚੈਨਲਾਂ ਦੇ ਸਰਵੇ ਵੀ ਦੇਖ ਰਹੇ ਆ ਉਹਦੇ ਦੇ ਹਿਸਾਬ ਨਾਲ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਨਜ਼ਰ ਆ ਰਿਹਾ ਬਹੁਤ ਮਤ ਮਿਲੇਗਾ ਜੀ ਮਿਲੇਗਾ ਕਿਉਂ ਨਾ ਤੁਹਾਡੇ ਸਾਹਮਣੇ ਹੀ ਹੈ ਕੁਝ ਦਿਨ ਰਹਿ ਗਏ ਬਾਕੀ ਤੁਹਾਨੂੰ ਪਤਾ ਚੱਲ ਜਾਏਗਾ ਕਾਂਗਰਸੀ ਸਰਕਾਰ ਹੀ ਬਣੇਗੀ ਕਿਤੇ ਦੂਜੀਆਂ ਪਾਰਟੀਆਂ ਜਿਹੜੀਆਂ ਡਬਲ ਇੰਜਨ ਵਾਲਾ ਜਿਹੜਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਕੈਪਟਨ ਤੇ ਮੋਦੀ ਦਾ ਜਿਹੜਾ ਗਠਬੰਧਨ ਹੋ ਗਿਆ ਕਿਤੇ ਉਹੀ ਤਾਂ ਨਹੀਂ ਦੂਜਿਆਂ ਨੂੰ ਜੋੜ ਤੋੜ ਕੇ ਇੱਥੇ ਮੋਰਚਾ ਮਾਰ ਜਾਣਗੇ ਇਹ ਤਾਂ ਹੁਣ ਤੁਹਾਨੂੰ ਪਤਾ ਚੱਲੀ ਗਿਆ ਹੈ ਇਸ ਟਾਈਮ ਅਕਾਲੀ ਦਲ ਕੈਪਟਨ ਸਾਹਿਬ ਤੇ ਬੀਜੇਪੀ ਇਹ ਤਿੰਨੇ ਤਾਂ ਇਕੱਠੇ ਹੋ ਹੀ ਗਏ ਨੇ ਚੌਥੀ ਬੀ ਟੀਮ ਹੈ ਕੇਜਰੀਵਾਲ ਵਾਲੇ ਇਹ ਵੀ ਇੱਕ ਹੋ ਜੇਗੀ ਪਰ ਫਿਰ ਵੀ ਕਾਂਗਰਸ ਨਾਲ ਮੱਥਾ ਨਹੀਂ ਚਾਰੇ ਪਾਰਟੀਆਂ ਨਾਲ ਸਕਦੀਆਂ ਸਰਕਾਰ ਕਾਂਗਰਸ ਦੀ ਹੀ ਬਣੇਗੀ ਇਹ ਸਨ ਕਾਰ ਡੀਲਰ ਐਸੋਸੀਏਸ਼ਨ ਜਿਹੜਾ ਪਾਤੜਾਂ ਦੇ ਉਹਦੇ ਪ੍ਰਧਾਨ ਨੇ ਕੁਲਦੀਪ ਸਿੰਘ ਬਿੱਟੂ ਵਿਦੇਸ਼ਾ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ 'ਚ ਗਏ ਸੀਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਤੋਂ ਜਿਹੜਾ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਫਿਰ ਉਹ ਆਮ ਆਦਮੀ ਪਾਰਟੀ ਨੂੰ ਤਿਆਗ ਕੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਉਹ ਸਾਡੇ ਨਾਲ ਜਿਹੜਾ ਉਹ ਵਿਸ਼ੇਸ਼ ਗੱਲਬਾਤ ਕਰ ਰਹੇ ਸਨ న్యూਸ ਟਾਈਮ ਪੰਜਾਬੀ ਖਾਸ ਰਿਪੋਰਟ